ते एक मेंबर साडे नाल ने पंजी वाहिगुरु जी का खालसा वाहिगुरु जी की फतेह। खालसा वाहिगुरु जी की। तुहाडा शुभ नाम जी? रणदीप। रणदीप कौर जी, पंजाब 1984 फिल्म अज तुहाडे व्यू स्टार टीवी दिखाई गई, की फीलिंग है इस फिल्म नु लेके? हां जी, बहुत दुख वाली गल है, देख के बहुत सैड फील हुंदा है, पर जिन्ना ने भी बनाई है रियली नाइस फिल्म बनाई है। ओवन जो तुसी ओहो देखदे आ, आई थिंक आप अंडरस्टैंड ही कर सकदे ओ की गो थ्रू होए आ, पर it's really sad, that's all I can say. Thank you very much ji. So as well as mahol jada film nu leke baneya hoya hai, vakre vakre jathebandiyan pahunche hoye ne, te badi khushi di gall hai ke Shri Guru Singh Sabha South Hall London di tarti ton jithe kithe vi panthak karj hunde ne eh zarur pahunchde ne, ek film banayi gayi hai Punjab 1984 us nu preview de dekhan ton te eh pahunche ne. So Randhawa sahab, tode ji aaye nu ji. Vaheguru ji ka khalsa, Vaheguru ji ki fateh ji. Film nu leke saryan de different different opinion ne, apne apne vichar hunde ne, tuhanu film dekh ke ਕਿਦਾ ਲੱਗਿਆ? ਮੈਨੂੰ ਪਹਿਲਾਂ ਤਾਂ ਖੁਸ਼ੀ ਹੈ ਕਿ ਫਿਲਮ ਅੱਗੇ ਆਈ ਹੈ ਸੀਨ ਵਿੱਚ, ਦੇਖਣ ਤੋਂ ਬਾਅਦ ਲੋਕਾਂ ਦੇ ਕੁਝ ਮਿਕਸ ਵਿਊਜ਼ ਨੇ, ਉਹਨਾਂ ਨੂੰ ਮੁਬਾਰਕ ਕਿਹਾ। ਆਫਟਰ ਆਲ ਅਸੀਂ ਇਹ ਕਦੀ ਨਹੀਂ ਹਮ ਸਮਝਦੇ ਕਿ ਪੰਜਾਬ 'ਚ ਰਹਿੰਦੇ ਹੋਏ ਸਾਨੂੰ ਇੰਨੀ ਜੀ ਖੁੱਲ੍ਹ ਮਿਲ ਜੂਗੀ ਕਿ ਅਸੀਂ ਇੱਕ ਇੱਕ ਸੀਨ ਉਸ ਸੰਘਰਸ਼ ਦਿਖਾ ਸਕੀਏ। ਫਿਰ ਜਿਹੜੀਆਂ ਕੁਝ ਸੀਨਾਂ 'ਤੇ ਸਾਨੂੰ ਲੋਕਾਂ ਨੂੰ ਗਿਲਾ ਹੋਣਾ, ਆਫਟਰ ਆਲ ਬਿਲਕੁਲ ਹੋਣਾ ਕਿ ਜਿਹਦੇ 'ਚ ਆਪਣੇ ਹਿੰਦੂ ਨੂੰ ਨਜਾਇਜ਼ ਬਸਾਂ ਢਾਇਆ ਗਿਆ, ਜੇ ਸ਼ਾਇਦ ਮੈਂ ਕਹੂੰਗਾ ਪ੍ਰੋਡਿਊਸਰ ਵੀ ਉਹਨੇ ਕੰਮ ਬਹੁਤ ਤਕੜਾ ਕੀਤਾ ਹੈ, ਉਹਨਾਂ ਨੇ ਹਿੰਮਤ ਕੀਤੀ ਹੈ, ਜਾਨ ਦਿਖਾਈ ਹੈ। ਆਉਣ ਵਾਲੇ ਸਮੇਂ 'ਚ ਸਾਡਾ ਇਹ ਕੰਮ ਨਹੀਂ ਕਿ ਉਹਨਾਂ ਦਾ ਹੌਸਲਾ ਢਾਈਆ, ਅਸੀਂ ਉਹਨਾਂ ਨੂੰ ਇੱਕ ਸਿਰਫ ਕੰਸਟਰਕਟਿਵ ਕ੍ਰਿਟਿਸਮ ਦੇ ਸਕਦੇ ਹਾਂ ਕਿ ਆਉਣ ਵਾਲੇ ਸੀਨਾਂ ਵਿੱਚ ਜੇ ਤੁਸੀਂ ਇਦਾਂ ਦੇ ਸੀਨ ਦਿਖਾਉਂਦੇ ਹੋ ਫਿਰ ਮਾੜਾ ਜਿਹਾ ਹੋਰ ਸਪਸ਼ਟ ਕਰ ਦਿਓ ਕਿ ਇਹ ਸਿੱਖਾਂ ਦਾ ਕੰਮ ਨਹੀਂ ਜਾਂ ਇਹ ਕੋਈ ਧਰਮੀ ਵਿਅਕਤੀ ਦਾ ਕੰਮ ਨਹੀਂ ਹੋ ਸਕਦਾ। ਆਫਟਰ ਆਲ ਜਿਨ੍ਹਾਂ ਨੇ ਮਿਹਨਤ ਕੀਤੀ ਉਹਨਾਂ ਨੂੰ ਮੁਬਾਰਕ ਆ, ਸਿੰਘਤਾਂ ਆਈਆਂ ਤਾਂ ਸਾਡੀ ਤਾਂ ਇਹੀ ਖੁਸ਼ੀ ਕਿ 30 ਸਾਲਾਂ ਵਿੱਚ ਜਿੱਥੇ ਸਾਡਾ ਕੋਈ ਆਪਣਾ ਮੀਡੀਆ ਨਹੀਂ ਸੀਗਾ, ਤੁਹਾਡੇ ਵਰਗੇ ਵੀਰ ਨਹੀਂ ਸੀਗੇ, ਤਾਂ ਸਾਡੀ ਮੂਵੀਆਂ ਨਹੀਂ ਬਣਦੀ ਸੀ, ਘੱਟੋ ਘੱਟ ਸਾਡੀ ਮੂਵੀਆਂ ਬਣਨ ਦਾ ਲਾਪੀਆਂ। ਹੁਣ ਮੂਵੀਆਂ ਵਿੱਚ ਸਫਾਈ ਤਾਂ ਉਦੋਂ ਹੀ ਆਊਗੀ ਜਦੋਂ ਸਾਡੀਆਂ 5-6 ਹੋਰ ਮੂਵੀਆਂ ਆਉਂਗੀਆਂ, ਪਰ ਜਿਸ ਕੌਮ ਨੇ ਕਦੀ ਮੂਵੀ ਦਿਖਾਈ ਹੀ ਨਹੀਂ ਉਹਨੇ ਗਲਤੀਆਂ ਤਾਂ ਕਰਨੀਆਂ ਹੀ ਕਰਨੀਆਂ। ਸੋ ਇੰਨਾ ਸਾਨੂੰ ਨਿਰਾਸ਼ਾ ਨਹੀਂ ਹੋਣਾ ਚਾਹੀਦਾ, ਨਿਰਾਸ਼ਾਵਾਦੀ ਸੋਚ ਤੋਂ ਸਾਨੂੰ ਭਾਵੇਂ ਪੋਜ਼ਿਟਿਵ ਪੱਖ ਦੇਣਾ ਚਾਹੀਦਾ ਕਿ ਗਲਤੀਆਂ ਨੂੰ ਅਸੀਂ ਕਿੱਦਾਂ ਸੁਧਾਰ ਸਕੀਏ। ਜਿਹੜੇ ਕੁਝ ਸੀਨ ਲੋਕਾਂ ਨੇ, ਮੈਨੂੰ ਪਤਾ ਇੱਥੇ ਕੁਝ ਸੰਗਤਾਂ ਇੰਨੀਆਂ ਨਹੀਂ ਖੁਸ਼ ਆਈਆਂ, ਅਸੀਂ ਇਹ ਦੇਖਦੇ ਕਿ ਉਹਨਾਂ ਦੇ ਤੁਸੀਂ ਜਿਹੜੇ ਵਿਚਾਰ ਆ ਉਹਨਾਂ ਨੂੰ ਸਰਵਣ ਕਰੋ, ਉਹਨਾਂ ਨੂੰ ਸੁਣੋ, ਤਾਂ ਆਉਣ ਵਾਲੇ ਸਮੇਂ 'ਚ ਵਧੀਆ ਕੰਮ ਕਰੋ। ਦਿਲਜੀਤ ਦੋਸਾਂਝ ਜਿਹੜਾ ਸੀਨ ਸੀ, ਮੈਂ ਇਹ ਕਹੂੰ ਕਿ ਅੱਜ ਦਾ ਕਲਾਕਾਰ ਜੋ ਹੈਗਾ ਹੈ ਪੰਜਾਬ ਦਾ ਨੌਜਵਾਨ, ਸਾਨੂੰ ਘੱਟੋ ਘੱਟ ਇਸ ਗੱਲ ਦੀ ਖੁਸ਼ੀ ਕਿ ਦਿਲਜੀਤ ਦੋਸਾਂਝ ਨੇ ਕੋਈ ਪੰਥਿਕ ਆਵਾਜ਼ ਤਾਂ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਆ, ਨਹੀਂ ਤਾਂ 1984 ਵਿੱਚ ਜਿੰਨੇ ਵੀ ਕਲਾਕਾਰ ਵੀਰ ਸੀ, ਮਾਫ ਕਰਨਾ, ਉਹ ਕੋਈ ਨਹੀਂ ਆਵਾਜ਼ ਬੁਲੰਦ ਕਰਦਾ ਸੀ। ਇਸ ਯੁੱਗ ਅਸੀਂ ਇਹ ਕਹਿ ਸਕਦੇ ਕਿ ਪੰਜਾਬ ਦਾ ਨੌਜਵਾਨ, ਕਈ ਵਾਰੀ ਅਸੀਂ ਗੁਰਦੁਆਰੇ ਨਾਲ ਸੰਬੰਧਿਤ ਹੁੰਦੇ ਹਾਂ ਤਾਂ ਕੁਝ ਪੰਜਾਬ ਦੇ ਨੌਜਵਾਨਾਂ ਨੂੰ 84 ਵਾਲੀ ਪੁੱਛੀਏ, ਉਹਨੂੰ ਕਹੀਏ ਜਗਤਾਰ ਸਿੰਘ ਤੂਫਾਨ ਕੌਣ ਸੀ, ਸੁੱਖਾ ਕੌਣ ਸੀ, ਜਿੰਦਾ ਕੌਣ ਸੀ, ਨਹੀਂ ਜਾਣਦੇ। ਪਰ ਅੱਜ ਦੇ ਕਲਾਕਾਰਾਂ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਉਦੋਂ ਦੇ ਕਲਾਕਾਰਾਂ ਵਿੱਚ ਘੱਟੋ ਘੱਟ ਇਹ ਆਪਣਾ ਇਹ ਫਰਜ਼ ਤਾਂ ਮਹਿਸੂਸ ਕਰਦੇ ਆ, ਭਾਵੇਂ ਆਪਣੀ ਸਿਆਸੀ ਰੋਟੀਆਂ ਸਿੱਖਦੇ, ਮੈਂ ਨਹੀਂ ਜਾਣਦਾ, ਪਰ ਹੁੱਕ ਉਕ ਰੁਕ ਕੁਝ ਤਾਂ ਕੁਝ ਕੰਮ ਕਰ ਰਹੇ। ਮੈਨੂੰ ਪਤਾ ਜਾਜ਼ੀ ਬੀ ਸਾਹਿਬ ਇੱਥੇ ਆਏ ਸੀਗੇ, ਸੁਖਸ਼ਿੰਦਰ ਸਿੰਧਾ ਜੀ ਆਏ ਸੀਗੇ, ਇਹੋ ਜਿਹੇ ਸਾਡੇ ਜੇ ਕਲਾਕਾਰ ਜਿਨ੍ਹਾਂ ਨੇ ਸਮਾਜ ਦੀ ਕਿਤੇ ਨਾ ਕਿਤੇ ਕਲਮ ਨਾਲ ਜਾਂ ਗੀਤਾਂ ਨਾਲ ਸੇਵਾ ਕਰਨੀ ਆ, ਜੇ ਇਹੋ ਜਿਹੇ ਮਾਹੌਲਾਂ ਵਿੱਚ ਆਉਣ ਲੱਗ ਪਏ ਤਾਂ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਵਿੱਚ ਹੋਰ ਕਹਿ ਲਓ ਵਧੀਆ ਸੇਵਾ ਕੌਮ ਨੂੰ ਦੇ ਸਕਦੇ ਆ। ਸੋ ਇਸ ਕਰਕੇ ਜਿੱਥੇ ਗਲਤੀਆਂ ਹੋਈਆਂ ਭੁੱਲਣ ਦਾ ਸਭ ਕੋ ਭੁੱਲ ਗੁਰੂ ਕਰਤਾਰ, ਸਾਡਾ ਕੰਮ ਹੈ ਸਿਰਫ ਉਹਨੂੰ ਥਾਪਰਾ ਦੇਣਾ, ਭਾਈਚਾਰੇ ਨੂੰ ਕਾਇਮ ਰੱਖਣਾ, ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਪੰਥ ਦੀ ਸੇਵਾ ਕਰੀਆਂ ਜੀ। ਪੰਜਾਬ 1984 ਫਿਲਮ ਜਿਹੜੀ ਕਿ ਅੱਜ ਜਿਹੜਾ ਸਪੈਸ਼ਲ ਪ੍ਰੀਵਿਊ ਦਿਖਾਇਆ ਗਿਆ, ਵੱਖਰੇ ਵੱਖਰੇ ਸੰਗਤਾਂ ਦੇ ਆਪਣੇ ਆਪਣੇ ਵਿਚਾਰ ਨੇ। ਦੇਖੋ ਜੀ, ਸਾਰਿਆਂ ਦੇ ਆਪਣੇ ਵਿਚਾਰ ਨੇ, ਸਾਰਿਆਂ ਨੂੰ ਬੋਲਣ ਦਾ ਹੱਕ ਆ, ਪੂਰੀ ਫਰੀਡਮ ਹੈ, ਪੂਰੀ ਆਜ਼ਾਦੀ ਹੈ, ਪਰ ਕੋਈ ਉਹਨਾਂ ਨਾਲ ਸਹਿਮਤ ਹੋਵੇ ਜਾਂ ਨਾ ਹੋਵੇ, ਇਹ ਉਹਨਾਂ ਦੇ ਆਪਣੇ ਪਰਸਨਲ ਵਿਚਾਰ ਨੇ। ਮੀਡੀਆ